ਮੈਂ ਇੱਕ ਤਰੀਕੀ ਬੇਟਾ ਸੀ ਜਵਾਨ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਬਟਵਾਟਾ, ਉਹ ਆਇਆ ਉਹਦੇ ਨਾਲ ਮੋਟਰਸਾਈਕਲ ਬਹਿ ਕੇ, ਫਿਰ ਮੈਂ ਉੱਥੇ ਪਹੁੰਚਿਆ, ਪੈਸਿਆਂ ਲਾ ਕੇ ਤੇ ਫਿਰ ਇੱਥੇ ਇਸ ਤਰ੍ਹਾਂ ਦਾ ਜੰਮ ਕਰ, ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਬੰਬਾਰਮੈਂਟ ਹੋ ਰਹੀ ਔਰ ਇਤਨੀ ਇਤਨੀ ਦਹਿਸ਼ਤਗਰਦੀ ਮੈਂ ਕਦੇ ਜ਼ਿੰਦਗੀ 'ਚ ਨਹੀਂ ਵੇਖੀ। ਮੈਂ ਜੰਗ ਵੀ ਲੜੀ ਇੰਡੀਆ ਦੇ ਨਾਲ, ਦੋ ਜੰਗਾਂ ਲੜੀਆਂ ਨੇ, ਕਦੇ ਇਸ ਤਰ੍ਹਾਂ ਦਾ ਸਿਲਸਿਲਾ, ਇਤਨਾ ਧੂੰਆਂ ਔਰ ਇਤਨੀ ਉਹਨਾਂ ਨੇ ਇਹ ਸਿਲਸਿਲਾ ਕੀਤਾ। ਮੈਂ ਉੱਥੇ ਇਕੱਲਾ ਬੈਠੇ ਹਾਂ ਉਸ ਬਾਅਦ ਦੇ ਵਿੱਚ, ਇੱਕ ਪਤਾ ਨਹੀਂ ਇਹ ਇਹ ਵਰਸ਼ੀ ਸਾਹਿਬ, ਇਹ ਵੇਖਣ ਵਾਲੀ ਗੱਲ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਕਿਸ ਕਿਸਮ ਦੇ ਸ਼ੈਲ ਸਨ, ਕਿਸ ਕਿਸਮ ਦੀ ਉਹਨਾਂ ਦੀ ਉਹ ਫਾਇਰਿੰਗ ਸੀ ਕਿ ਮੇਰੇ ਆਣ ਕੇ ਇੱਥੇ ਲੱਗੀ ਅਤੇ ਖੂਨ ਵਗਣ ਲੱਗ ਪਿਆ। ਖੂਨ ਜਿਸੇ ਵਗਣ ਲੱਗ ਪਿਆ ਤਾਂ ਮੈਂ ਇਕੱਲਾ ਸਾਂ, ਮੈਂ ਬੱਚੀਆਂ ਹਾਲ ਵਿੱਚ, ਬੱਚੀਆਂ ਕਾਜਮ ਉਦਮ ਦੇ ਗੇਟ ਹਾਲ ਸਨ, ਮੈਂ ਉੱਥੇ ਆਇਆ ਅਤੇ ਉੱਥੇ ਸਾਹਮਣੇ ਦੋਸਤ ਦੱਸਿਆ, ਉਹਨਾਂ ਮੈਨੂੰ ਚੁੱਕ ਲਿਆ, ਚੁੱਕ ਕੇ ਆਖਿਆ ਇਹਨੂੰ ਬੈਲੈਂਸ ਲੈ, ਐਂਬੂਲੈਂਸ ਲੈ ਗਿਆ ਐਂਬੂਲੈਂਸ, ਉਹਦੇ ਕਾਜਮ ਉਦਮ ਗੇਟ ਤੋਂ ਆਖਿਆ, ਮੈਂ ਕਿਹਾ ਮੈਨੂੰ ਛੱਡ ਦਿਓ, ਕੋਈ ਅੜਨੀ ਉੱਥੇ ਪਾਣੀ ਸੀ ਅਤੇ ਗੈਸ ਉੱਥੇ ਪਾਈ ਸੀ, ਉਹ ਤੁਲ ਗਿਆ, ਮੈਂ ਕਿਹਾ ਨਹੀਂ ਛੱਡ ਦਿਓ ਮੈਨੂੰ, ਮੈਂ ਨਹੀਂ ਜਾਣਾ ਐਂਬੂਲੈਂਸ। ਮੈਂ ਫਿਰ ਵਾਪਸ ਆਇਆ, ਆ ਕੇ ਫਿਰ ਮੈਂ ਜਿਸੇ ਆਏ ਤਾਂ ਵੇਖਿਆ ਕਿ ਇਦੋਂ ਬਸਤਰ ਬੰਦ, ਯਾਨੀ ਉਹਨਾਂ ਦੇ ਪੂਰੇ ਜਿਹੜੇ ਜੇਕਰ ਬੁਲਟ ਪਰੂਫ ਇਸ ਤਰ੍ਹਾਂ ਉਹਨਾਂ ਦੀਆਂ ਔਰ ਆਸਰੇ ਵਿੱਚ ਉਹਨਾਂ ਦੇ ਮਤਲਬ ਇੱਕ ਕਲਾਸ਼ਨਕੋਫਾਂ ਜੋ ਖੜੀਆਂ ਇੱਧਰ ਫਾਇਰਿੰਗ ਕਰਦੇ ਆ ਰਹੇ ਨੇ, ਜਿਸ ਆ ਰਹੇ ਨੇ। ਮੈਂ ਸਟੇਟ ਦੇ ਕਾਇਦੇ ਮੌਸਮ ਦੇ ਗੇਟ ਦੇ ਅੱਗੇ ਖਲੋ ਗਿਆ, ਜਿਸ ਉੱਥੇ ਖਲੋ ਗਿਆ ਅਤੇ ਫਿਰ ਉਹਦੇ ਬਾਅਦ ਉਹ ਫਿਰ ਉਹ ਜਿਹੜਾ ਮੋਟਾ ਸੀ, ਪਤਾ ਨਹੀਂ DSP ਸੀ SPC ਸੀ, ਜਿਹੜਾ ਹਦਾਇਤ ਲਿਆ ਸੀ, ਉਹ ਇਸ਼ਾਰਾ ਕਰਦਾ ਉਹਨਾਂ ਨੂੰ ਫਾਇਰਿੰਗ ਦਾ, ਫਿਰ ਉਹ ਫਾਇਰਿੰਗ ਕਰਦੇ ਨੇ, ਫਿਰ ਉਹ ਸ਼ੈਲਿੰਗ ਕਰਦੇ ਨੇ, ਫਿਰ ਉਹਦੇ ਬਾਅਦ ਮੈਨੂੰ ਜਿਸੇ ਸ਼ੈਲ ਲੱਗਿਆ, ਸਪਲੈਂਟਰ ਲੱਗਿਆ, ਪਤਾ ਨਹੀਂ ਉਹ ਕਿਸ ਕਿਸਮ ਦਾ ਸਿੰਪਲ ਸੀ ਕੀ ਸੀ, ਮੇਰੇ ਸਿਰ ਦੇ ਵਿੱਚ ਲੱਗਿਆ ਅਤੇ ਖੂਨ ਵਗਣ ਲੱਗ ਪਿਆ। ਉਹ ਮੇਰੀ ਬੇਟੀ ਜਿਹੜੀਆਂ ਤਿੰਨ ਨਾਲ ਖੜੀਆਂ ਸੀ, ਉਹਨੇ ਕਿਵੇਂ ਮੇਰਾ ਹੱਥ ਫੜ ਲਿਆ, ਜਿਸ ਉਹਨੇ ਹੱਥ ਮੇਰਾ ਫੜ ਲਿਆ, ਜਦੋਂ ਉਹ ਆਇਆ ਪਤਾ ਨਹੀਂ ਉਹ ਥਾਣੇਦਾਰ ਸੀ SPI ਸੀ, ਉਹਨੇ ਮੇਰਾ ਹੱਥ ਫੜ ਕੇ ਮੈਨੂੰ ਖਿੱਚਿਆ, ਬੇਟੀ ਮੇਰੀ ਨੇ ਮੇਰਾ ਹੱਥ ਫੜੀ ਰੱਖਿਆ, ਲੇਕਿਨ ਉਹਨੇ ਮੈਨੂੰ ਖਿੱਚ ਕੇ ਲੈ ਗਿਆ, ਜੇ ਮੈਨੂੰ ਖਿੱਚ ਕੇ ਲੈ ਗਿਆ ਅਤੇ ਮੈਂ ਜਾ ਕੇ ਫਿਰ ਉਹਨੇ ਮੈਨੂੰ ਚੁੱਕ ਲਿਆ, ਚੁੱਕ ਕੇ ਉਹਨੇ ਫਿਰ ਮੈਨੂੰ 1122 ਦੀ ਉਹ ਜੀ ਹੈ ਸੀ, ਉਹ ਕਿਹਦਾ ਨਾਂ ਹੈ, ਐਂਬੂਲੈਂਸ ਉਹਦੇ 'ਚ ਪਾਇਆ, ਪਾ ਕੇ ਅਤੇ ਮੈਨੂੰ ਹਸਪਤਾਲ ਲੈ ਗਿਆ। ਔਰ ਇਸ ਕਿਸਮ ਦੀ ਸ਼ੈਲਿੰਗ, ਇਸ ਕਿਸਮ ਦੀ ਮੇਰੀ ਬੇਟੀ ਦੱਸਦੀ ਹੈ ਮੈਨੂੰ, ਫਿਰ ਭਗਵਾਨ ਦੀ ਮੇਰੀ ਬੇਟੀ ਵੀ ਉੱਥੇ ਸੀ ਅੰਦਰ, ਉਹ ਕਹਿੰਦੀ ਅੰਬਾ ਜੀ ਅਸੀਂ ਬੈਠੇ ਹਾਂ, ਔਰ ਇਤਨੀ ਸ਼ੈਲਿੰਗ ਸਾਡੇ ਸਾਹਮਣੇ, ਸਾਡੀ ਬੇਟੀ ਦੇ ਅੰਦਰ ਸ਼ੈਲਿੰਗ ਸਾਡੇ ਸਾਹਮਣੇ ਸ਼ਹੀਦ ਹੋ ਗਈ, ਉੱਥੋਂ ਚੁੱਕ ਕੇ ਮੈਂ ਸਾਨੂੰ ਸਾਹਮਣੇ ਘਰ ਦੇ ਗੇਟ ਦੇ ਵਿੱਚ ਗੁਆਂਢੀ ਸਨ, ਉਹਨਾਂ ਨੇ ਗੇਟ ਖੋਲ੍ਹਣ ਲੱਗ ਕੇ ਬੈਠੇ ਅੰਦਰ ਆ ਲਓ, ਇੱਥੇ ਸ਼ੈਲਿੰਗ ਦੇ ਵਿੱਚ ਉੱਥੇ ਉਹਨਾਂ ਨੇ ਸਾਨੂੰ ਮਤਲਬ ਅੱਗੇ ਸਾਡੇ 'ਤੇ ਪਾਣੀ ਛੱਡਿਆ ਅਤੇ ਫਿਰ ਦਰਵਾਜ਼ੇ ਬੰਦ ਕਰ, ਇਤਨੀ ਬੜਬੜੀ ਹੈ, ਇਤਨੀ ਬੜਬੜੀ ਹੈ। ਅੱਲਾ ਪਾਕ ਰਹੀ ਪਾਕ ਦਾ ਸਤਿਕਾਰ ਕਰਮ ਫਰਮਾਏ, ਪਰ ਮੈਂ ਜਾਣਦਾ ਪਤਾ ਨਹੀਂ ਮੈਂ ਬਲ ਕਿਸਮ ਸਾਨੂੰ ਉੱਥੇ ਸ਼ਹੀਦ ਕਿਉਂ ਨਹੀਂ ਹੋ ਗਿਆ, ਅਸੀਂ ਕਿਸੇ ਨੇ ਕਿਸੇ ਨੇ ਬਗੈਰ ਸਾਨੂੰ ਸਾਡੀਆਂ ਮੱਛੀਆਂ ਦੇ ਉੱਤੇ ਅਸੀਂ ਸਾਡੇ ਉੱਤੇ ਜ਼ੁਲਮ ਕੀਤਾ। ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਕਰ ਫਰਮਾਏਗਾ ਅਸੀਂ ਕਾਇਮ ਹਾਂ, ਸਾਡੀਆਂ ਔਲਾਦਾਂ ਵੀ ਕਾਇਮ ਹੈ, ਅਸੀਂ ਇਨਸ਼ਾਅੱਲਾ ਹਰ ਕੀਮਤ ਦੇ ਉੱਤੇ ਹਾਂ, ਹਰ ਕੀਮਤ ਦੇ ਉੱਤੇ ਅਸੀਂ ਇਨਸ਼ਾਅੱਲਾ ਇਨਕਲਾਬ ਦੀ ਏਰਲ ਇੰਟਰਨੈਸ਼ਨਲ ਜਾਣ ਇੰਨਾ ਇਹ ਨੰਬਰ ਹੈ, ਸਾਨੂੰ ਸਮਝ ਆ ਜਾਏਗੀ ਇਨਸ਼ਾਅੱਲਾ, ਇਹਨਾਂ ਕੀ ਸਮਝੇ, ਜ਼ੁਲਮ ਦੀ ਇੰਤਹਾ, ਕੋਈ ਜ਼ੁਲਮ ਦੀ ਇੰਤਹਾ, ਬੱਚਿਆਂ ਦੇ ਉੱਤੇ ਡਾਇਰੈਕਟ ਫਾਇਰਿੰਗ, ਸਾਡੇ ਸਾਹਮਣੇ ਡਾਇਰੈਕਟ ਫਾਇਰਿੰਗ, ਵੱਟ ਮਾਰੇ ਨੇ ਉਹਨਾਂ ਨੇ, ਉਹਨਾਂ ਨੂੰ ਵੱਟ ਸ਼ੱਟ ਮਾਰਦੇ ਨੇ, ਲੇਕਿਨ ਉਹ ਠੀਕ ਨੇ, ਅਲਹਮਦੁਲਿਲਾ ਦਾ ਕਰਮ। ਇੱਥੇ ਹੁਣ ਆਣ ਕੇ ਮੈਨੂੰ ਪਤਾ ਲੱਗਿਆ, ਉਹ ਦੋਸਤ ਨੂੰ ਮੈਂ ਪੁੱਛਿਆ, ਮੈਂ ਬਸੀ ਹੁੰਦੇ, ਬਾਬਾ ਜੀ ਜੇ ਪੈਸੇ ਦੇ ਰਹੇ ਨੇ ਮੀਆਂ ਸਾਹਿਬ ਤੇ ਲੈ ਲਓ ਪੈਸੇ, ਫਿਰ ਲਾਹਨੇ ਤਾਂ ਪਾਉਂਦੇ ਆ ਇਹਨਾਂ ਦੀਆਂ ਪੈਸਿਆਂ ਤੇ ਕੀ, ਅੱਲਾ ਪਾਕ ਕਰਮ ਫਰਮਾਏ, ਲਾਹਨੇ ਪਾਉਂਦੇ ਆ ਇਹਨਾਂ ਦੇ 100 ਵਾਰੀ, ਪੈਸੇ ਪੈਸੇ ਦੇ ਕੁੱਤੇ, ਪੈਸਿਆਂ ਦੇ ਇਹ ਭੁੱਖੇ ਨੇ ਜਿਨ੍ਹਾਂ ਨੇ 8 ਸਾਲ ਇਸ ਕਾਇਲ ਨੂੰ ਵੇਖਿਆ ਔਰ ਉਹ ਫੈਦ ਨਹੀਂ ਹਾਸਲ ਕਰ ਸਕੇ। ਬਸ਼ੀਰ ਸਾਹਿਬ ਉਹ ਯੱਕ ਜ਼ਮਾਨਾ ਸੁਭ ਤੇ ਮਾਉਲੀਆ ਬਿਹਤਰ 7 ਸਾਲਾਂ ਦੇ ਬਾਅਦ ਰਿਹਾ, ਅੱਲਾ ਦੇ ਨੇਕ ਬੰਦੇ ਦੇ ਕੋਲੇ ਇੱਕ ਜ਼ਰਾ ਬਾਰ ਰਹਿਣਾ 7 ਸਾਲਾਂ, ਇਹ ਤੇ 8 ਮਹੀਨੇ ਇਹਨਾਂ ਕੀ ਖਟਿਆ, ਇਹਨਾਂ ਤੇ ਸਿਰਫ ਆਪਣੀ ਦੁਨੀਆ ਕਮਾਉਣ ਲਈ ਕਾਇਲ ਨੂੰ ਆਪਣੇ ਕੋਲੇ ਰੱਖਿਆ, ਤੇ ਇਹਨਾਂ ਸਮਝਿਆ ਸੀ ਕਿ ਅਸੀਂ ਜੇਕਰ ਹੋਰ ਮੌਲਵੀਆਂ ਨੂੰ ਖੜੇ, ਜੇਕਰ ਅੱਜ ਖਰੀਦੇ ਹੋਏ ਮੌਲਵੀ ਆਉਂਦੇ ਨੇ, ਇਹਨਾਂ ਸਮਝਿਆ ਸ਼ਾਇਦ ਇਹਨਾਂ ਮੌਲਵੀਆਂ ਦੀ ਤਰਫ ਵੀ ਮੌਲਵੀ ਹੈ,
ਇਹਨਾਂ ਨੇ ਕੋਈ ਫੈਲ ਨਹੀਂ ਪਾਇਆ। ਖੁਦਾ ਦੀ ਕਸਮ ਅਗਰ ਫੈਲ ਪਾਉਂਦੇ, ਅਗਰ ਇਸ ਚੀਜ਼ ਨੂੰ ਵੇਖਦੇ ਤੇ ਐਸੀ ਸ਼ਖਸੀਅਤ ਨੂੰ ਜਿੰਨੇ ਅੱਜ ਤਾਰੀ ਉਸ ਇਦਾਰੇ ਚ ਪਾਈ, ਚਾਹ ਦਾ ਕੱਪ ਪੀਣਾ ਵੀ ਹਰਾਮ ਸਮਝਦੇ ਨੇ, ਔਰ ਦੁਨੀਆਂ ਦੇ ਉੱਤੇ ਮੁਹੰਮਦ ਤਾਲਾ ਐਸੀ ਸ਼ਖਸੀਅਤ ਜਿਹੜੀ ਰੱਬ ਨੇ ਸਾਡੇ ਵਾਸਤੇ ਭੇਜੀ ਹੈ, ਅਗਰ ਇਹ ਸ਼ਰਮ ਆਈ ਆ ਹੁੰਦੀ ਹੈ, ਸੋਚਦੇ ਇੰਨਾ ਚੱਕਰ ਹੁੰਦੀ ਤੇ ਕਦੇ ਇੰਜ ਨਾ ਕਰਦੇ, ਕਦੇ ਇੰਜ ਨਾ ਕਰਦੇ। ਬਹੁਤ ਬਹੁਤ ਸ਼ੁਕਰੀਆ।